ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਦਿੱਲੀ ਵਿੱਚ ਅਮਰੀਕੀ ਅੰਬੈਸੀ ਵੱਲੋਂ ਅੰਮ੍ਰਿਤਧਾਰੀ ਸਿੱਖ ਨਾਲ ਕੀਤੀ ਵਿਤਕਰੇਬਾਜ਼ੀ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਦਰਅਸਲ ਸਿਮਰਜੀਤ ਸਿੰਘ ਬੈਂਸ ਨੇ ਅਮਰੀਕਾ ਦੇ ਦੌਰੇ ਲਈ ਰਵਾਨਾ ਹੋਣਾ ਸੀ, ਇਸ ਲਈ ਉਹ ਆਪਣੇ ਪਰਿਵਾਰ ਸਮੇਤ ਅਮਰੀਕਾ ਦੀ ਅੰਬੈਸੀ ਵੀਜ਼ਾ ਲੈਣ ਲਈ ਪਹੁੰਚੇ ਸੀ। ਇਸ ਦੌਰਾਨ ਸਿਕਿਉਰਿਟੀ ਨੇ ਬੈਂਸ ਦੇ ਅੰਮ੍ਰਿਤਧਾਰੀ ਪੀਏ ਨੂੰ ਕਿਰਪਾਨ ਉਤਾਰਨ ਲਿਆ। ਇਸ ਤੋਂ ਬਾਅਦ ਬੈਂਸ ਨੇ ਅਮਰੀਕੀ ਅੰਬੈਸੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਮਾਮਲਾ ਭਗਦਾ ਵੇਖ ਉਹ ਆਪਣਾ ਪਾਸਪੋਰਟ ਲੈ ਕੇ ਅੰਬੈਸੀ ਤੋਂ ਵਾਪਸ ਆ ਗਏ। ਬੈਂਸ ਨੇ ਕਿਹਾ ਕਿ ਜੇਕਰ ਅਮਰੀਕੀ ਅੰਬੈਸੀ ਅੰਮ੍ਰਿਤਧਾਰੀ ਸਿੱਖਾਂ ਨਾਲ ਵਿਤਕਰਾ ਕਰਦੀ ਹੈ ਤਾਂ ਅਮਰੀਕਾ ਨਹੀਂ ਜਾਣਾ ਚਾਹੁੰਦੇ। ਬੈਂਸ ਨੇ ਵੀ ਕਿਹਾ ਕਿ ਮੁੱਦਾ ਪੰਜਾਬ ਦੇ ਵਿਧਾਨ ਸਭਾ ਸਪੀਕਰ ਸਮੇਤ ਅਮਰੀਕਾ ਦੇ ਸੈਂਟਰਾਂ ਕੋਲ ਵੀ ਚੁੱਕਿਆ ਜਾਏਗਾ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਕਿਰਪਾਨ ਕੋਈ ਚਾਕੂ ਜਾਂ ਮਾਰੂ ਹਥਿਆਰ ਨਹੀਂ, ਸਗੋਂ ਇਹ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕਰਾਰ ਹੈ। ਉੱਥੇ ਜਿਹੜੇ ਸਿਕਿਉਰਿਟੀ ਇੰਚਾਰਜ ਅੰਬੈਸੀ ਵਾਲੇ ਹੈਗੇ ਆ, ਉਹ ਜਥੇਦਾਰ ਜਸਵਿੰਦਰ ਸਿੰਘ ਖਾਲਸਾ ਔਰ ਜਿਹੜੇ ਅੰਮ੍ਰਿਤਧਾਰੀ ਸਿੰਘ ਹੈਗੇ ਆ, ਇਹਨਾਂ ਨੂੰ ਕਹਿੰਦੇ ਤੁਸੀਂ ਆਪਣੀ ਜਿਹੜੀ ਦਸਤੀ ਕਿਰਪਾਨ ਹੈਗੀ ਆ ਨਾ, ਦਸਤੀ ਕਿਰਪਾਨ ਸਿਰਫ ਮੇਰਾ ਖਿਆਲ ਆ ਕਿ ਉਹ 3 ਇੰਚ ਦੀ ਕਿਰਪਾਨ ਹੈਗੀ ਆ, 5 ਕਕਾਰਾਂ ਦੇ ਵਿੱਚੋਂ ਇੱਕ ਕਿਰਪਾਨ ਦਸਤੀ, ਅਤੇ ਉਹ ਉਤਾਰ ਕੇ ਆਓ, ਬਾਹਰ ਟੋਕਰੀ ਪਈ ਆ, ਕਹਿੰਦੇ ਬਾਹਰ ਟੋਕਰੀ ਦੇ ਵਿੱਚ ਰੱਖਿਆ ਉਹ। ਇਹਨਾਂ ਨੇ ਆਪਣੇ ਕਾਗਜ਼ਾਤ ਸਮੇਤ ਪਾਸਪੋਰਟ ਚੱਕੇ, ਇਹ ਕਹਿੰਦੇ ਮੈਨੂੰ ਤੁਹਾਡੇ ਵੀਜ਼ੇ ਦੀ ਲੋੜ ਨਹੀਂ, ਵਾਪਸ ਆ ਗਏ ਉੱਥੋਂ। ਪਹਿਲਾਂ ਬਹੁਤ ਸਾਰੇ ਅੰਮ੍ਰਿਤਧਾਰੀ ਸਿੰਘ ਜਿਹਦੇ ਵਿੱਚ ਬਕਾਇਦਾ ਵੱਡੇ ਵੱਡੇ ਜਥੇਦਾਰ ਸਾਹਿਬਾਨ ਵੀ ਗਏ ਹੋਣਗੇ, ਉਹ ਵੀ ਕਿਰਪਾਨਾਂ ਉਤਾਰ ਕੇ ਅਮੈਰੀਕਾ ਦਾ ਵੀਜ਼ਾ ਲੈਣ ਵਾਸਤੇ ਕਕਾਰਾਂ ਦੀ ਬੇਅਦਬੀ ਕਰਦੇ ਹੋਏ ਬਾਹਰ ਚਲੇ ਜਾਣ। ਮੈਂ ਆਪਣਾ ਪਾਸਪੋਰਟ, ਜਦੋਂ ਅੱਧਾ ਪੌਣਾ ਘੰਟਾ ਬਹਿਸ ਹੋਈ, ਮੈਂ ਆਪਣਾ ਪਾਸਪੋਰਟ ਵਾਪਸ ਚੱਕ ਕੇ ਕਹਿ ਕੇ ਆਇਆ ਕਿ ਮੈਨੂੰ ਅਮੈਰੀਕਾ ਵੀਜ਼ੇ ਦੀ ਜ਼ਰੂਰਤ ਨਹੀਂ, ਇਸ ਕਾਜ਼ ਵਾਸਤੇ ਕਾਨੂੰਨੀ ਸੰਘਰਸ਼ ਲੜਾਂਗਾ, ਲੋਕਾਂ ਨੂੰ ਅਵੇਅਰ ਕਰਾਂਗਾ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਕਕਾਰਾਂ ਦੀ ਬਖਸ਼ਿਸ਼ ਕੀਤੀ ਹੋਈ ਸਾਡੀ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਹੋ ਰਹੀ ਹੈ, ਉਹਨੂੰ ਰੋਕਣ ਵਾਸਤੇ ਹਰ ਹੀਲਾ ਕਰਾਂਗੇ। ਉੱਥੇ ਜਿਹੜੇ ਸਿਕਿਉਰਿਟੀ